ਸਵਾਗਤ ਜੀ ਇਕਵਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਨੌਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ ਇਸ ਦੀ ਵਿਆਖਿਆ ਲੈ ਕੇ ਹਰ ਹਫ਼ਤੇ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਨੇ ਭਾਈ ਸਾਹਿਬ ਪਾਈ ਬਲਜੀਤ ਸਿੰਘ ਤਲੰਗ ਆ ਉਸੇ ਜ਼ਮਨਤ ਵਿੱਚ ਹੋਰ ਜਾਣਕਾਰੀ ਲੈਣੇ ਆ ਕਿ ਗੁਰੂ ਸਾਹਿਬ ਇਸ ਬਾਣੀ ਵਿੱਚ ਸਾਨੂੰ ਕੀ ਉਪਦੇਸ਼ ਕਰਦੇ ਨੇ ਤੇ ਜੀਵਨ ਦਾ ਜੋ ਸਹੀ ਮਨੋਰਥ ਹੈ ਕਿਵੇਂ ਅਸੀਂ ਇਹਨਾਂ ਤੁਕਾਂ ਚੋਂ ਸਮਝ ਸਕਨੇ ਆ ਜੈ ਨੂੰ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਅੱਜ ਗੁਰੂ ਸਾਹਿਬ ਕੀ ਕਹਿ ਰਹੇ ਨੇ ਜੀ ਅ ਪਿਛਲੇ ਦਿਨਾਂ ਦੇ ਵਿੱਚ ਆਪਾਂ ਵਿਚਾਰਿਆ ਸੀ ਜਦੋਂ ਇਸ ਬਾਣੀ ਦੀ ਆਰੰਭਤਾ ਕੀਤੀ ਤੇ ਸਲੋਕ ਜਿਹੜੇ ਨੌਵੇਂ ਪਾਤਸ਼ਾਹ ਦੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਅਖੀਰ ਦੇ ਵਿੱਚ ਬਾਣੀ ਦਰਜ ਹੈ 12 ਤੋਂ ਵਧੇਖ ਜੀ ਉਹਨਾਂ ਦੇ ਵਿੱਚ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ 13 ਸਲੋਕਾਂ ਦੀ ਵਿਚਾਰ ਜੋ ਕੀਤੀ ਸੀ ਉਹਨਾਂ ਨੂੰ ਸਮਝਣ ਦਾ ਯਤਨ ਕੀਤਾ ਸੀ ਕਿ ਇਹਦੇ ਵਿੱਚ ਗੁਰੂ ਸਾਹਿਬ ਕੀ ਸਮਝਾ ਰਹੇ ਨੇ ਜੀ ਇਸ ਤੋਂ ਅੱਗੇ ਜੋ ਵਿਚਾਰ ਹੈ ਗੁਰੂ ਸਾਹਿਬਾਨ ਇਸ ਇਹਨਾਂ ਅਗਲੇ ਸਲੋਕਾਂ ਦੇ ਅੰਦਰ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਮਨੁੱਖ ਜਿਹੜਾ ਹੈ ਉਹ ਗਿਆਨ ਤੱਕ ਕਿਵੇਂ ਪਹੁੰਚ ਸਕਦਾ ਹੈ ਤੇ ਗਿਆਨੀ ਕਿਹਨੂੰ ਕਹਿੰਦੇ ਨੇ ਜੀ ਅਸੀਂ ਉਹਨਾਂ ਬੰਦਿਆਂ ਨੂੰ ਗਿਆਨੀ ਕਹਿੰਨੇ ਆ ਜਿਨ੍ਹਾਂ ਨੇ ਕੋਈ ਗਿਆਨੀ ਦੀ ਡਿਗਰੀ ਕਰ ਲਈ ਹੈ ਜੀ ਜਾਂ ਕੋਈ ਕਿਸੇ ਨੇ ਪੀ ਐਚ ਡੀ ਤੱਕ ਕਰ ਲਈ ਹੈ ਅਸੀਂ ਕਹਿੰਦੇ ਨੇ ਇਹ ਬੰਦਾ ਫਿਲਾਸਫਰ ਹੈ ਜੀ ਇਹਦੇ ਕੋਲ ਡਾਕਟਰ ਦੀ ਡਿਗਰੀ ਹੈ ਤੇ ਪਰ ਜਿਹੜੀ ਗੁਰਬਾਣੀ ਹੈ ਜਾਂ ਗੁਰੂ ਸਾਹਿਬਾਨ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਗਿਆਨੀ ਕਿਹਨੂੰ ਕਿਹਾ ਗਿਆ ਹੈ ਉਹ ਇਹ ਅੱਜ ਦੇ ਇਹਨਾਂ ਸ਼ਲੋਕਾਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਬਿਆਨ ਕੀਤਾ ਹੈ ਜੀ ਕਿ ਅਸਲ ਵਿੱਚ ਗਿਆਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਤਾਬਾਂ ਦਾ ਗਿਆਨ। ਹੂੰ ਹੂੰ। ਕਿ ਕਿਤਾਬੀ ਗਿਆਨ, ਕਿਤਾਬਾਂ ਦਾ ਗਿਆਨ ਤੇ ਅੱਜ ਬਹੁਤ ਦੁਨੀਆ ਦੇ ਕੋਲ ਹੈ। ਅੱਜ ਅਸੀਂ ਘਰੇ ਬੈਠੇ ਹੀ ਆ ਸਾਰੀ ਦੁਨੀਆ ਦੀ ਜਾਣਕਾਰੀ ਲੈ ਸਕਦੇ ਹਾਂ। ਜੀ। ਉਹ ਇੱਕ ਅਲੱਗ ਚੀਜ਼ ਹੈ। ਕਿਉਂਕਿ ਅੱਜ ਦੇ ਇਸ ਯੁੱਗ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਕਿਹਾ ਜਾਂਦਾ ਹੈ। ਬੰਦੇ ਨੂੰ ਆਪਣੇ ਆਂਡ ਗਵਾਣ ਦੀ ਖਬਰ ਹੋਵੇ ਨਾ ਹੋਵੇ ਦੁਨੀਆ ਦੀ ਖਬਰ, ਦੂਜੇ ਦੇਸ਼ਾਂ ਦੀ ਖਬਰ ਜ਼ਰੂਰ ਹੁੰਦੀ ਹੈ ਕਿ ਫਲਾਣੇ ਦੇਸ਼ 'ਚ ਕੀ ਹੋਇਆ। ਤੇ ਉਹਨੂੰ ਗਿਆਨ ਨਹੀਂ ਹੈ। ਉਹ ਸਿਰਫ ਦੁਨਿਆਵੀ ਗਿਆਨ ਹੈ, ਫੋਕਾ ਗਿਆਨ। ਪਰ ਜਿਸ ਗਿਆਨ ਦੀ ਗੱਲ ਗੁਰੂ ਸਹਿਬਾਨ ਇੱਥੇ ਕਰਦੇ ਨੇ ਇਹਨਾਂ ਸ਼ਲੋਕਾਂ ਅੰਦਰ ਕਰਦੇ ਨੇ ਉਹ ਗਿਆਨ ਜਿਹੜਾ ਹੈ ਉਹ ਅੰਤਰੀਵ ਗਿਆਨ ਹੈ ਉਹਨੂੰ ਆਪਾਂ ਸੌਖੇ ਸ਼ਬਦਾਂ ਚ ਜਾਂ ਅਧਿਆਤਮਿਕਵਾਦ ਦੇ ਭਾਸ਼ਾ ਦੇ ਵਿੱਚ ਉਹਨੂੰ ਅਸੀਂ ਬ੍ਰह्म ਗਿਆਨ ਦਾ ਨਾਮ ਦਿੰਦੇ ਹਾਂ ਕਿ ਜਿਹੜਾ ਅਧਿਆਤਮਿਕਵਾਦ ਦਾ ਗਿਆਨ ਹੈ ਜੀ ਤੇ ਗੁਰੂ ਸਾਹਿਬ ਇਸ ਗੱਲ ਨੂੰ ਸਾਡੇ ਸਾਹਮਣੇ ਇੰਜ ਪਰ ਦੱਸਦੇ ਨੇ ਕਿ ਇਹ ਜੋ ਗਿਆਨ ਹੈ ਜਿਸ ਮਨੁੱਖ ਦੇ ਅੰਦਰ ਉਸਤਤ ਅਤੇ ਨਿੰਦਿਆ ਜਿਹਨੇ ਦੋਵਾਂ ਦਾ ਤਿਆਗ ਕੀਤਾ ਹੋਇਆ ਨਿੰਦਿਆ ਵੀ ਛੱਡ ਦਿੱਤੀ ਤੇ ਉਸਤਤ ਵੀ ਜੀ ਕਿ ਉਸਤਤ ਆਪਣੀ ਇੱਕ ਤੇ ਇਨਸਾਨ ਹੈ ਆਪਣੀ ਉਸਤਤ ਸੁਣ ਕੇ ਖੁਸ਼ ਹੁੰਦਾ ਹੈ ਜੀ ਤੇ ਦੂਸਰਿਆਂ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦਾ ਹੈ ਬਿਲਕੁਲ ਆਪਣੀ ਨਿੰਦਿਆ ਸੁਣ ਕੇ ਖੁਸ਼ ਨਹੀਂ ਹੁੰਦਾ ਦੂਸਰਿਆਂ ਦੀ ਨਿੰਦਿਆ ਸੁਣਨਾ ਚਾਹੁੰਦਾ ਦੂਸਰਿਆਂ ਦੀ ਨਿੰਦਿਆ ਕਰਦਾ ਆਪਣੇ ਆਪ ਦੀ ਉਸਤਤ ਕਰਦਾ ਤੇ ਗੁਰੂ ਸਾਹਿਬ ਅਗਲੇ ਇਸ ਸ਼ਲੋਕ ਦੇ ਅੰਦਰ ਸਮਝਾਉਂਦੇ ਨੇ ਕਿ ਜਿਸ ਬੰਦੇ ਨੇ ਉਸਤਤ ਤੇ ਨਿੰਦਿਆ ਨੂੰ ਬਰਾਬਰ ਜਾਣਿਆ ਉਸਤਤ ਨਿੰਦਿਆ ਨਾਹੇਂ ਦੇ ਕੰਚਨ ਲੋਹ ਸਮਾਨ ਜਿਸ ਬੰਦੇ ਦੇ ਅੰਦਰ ਉਸਤਤ ਸੁਣਨ ਦੀ ਵੀ ਭਾਵਨਾ ਨਹੀਂ ਤੇ ਜਿਹੜਾ ਨਿੰਦਿਆ ਸੁਣ ਕੇ ਦੁਖੀ ਵੀ ਨਹੀਂ ਹੁੰਦਾ ਜੀ ਅਤੇ ਸੋਨੇ ਅਤੇ ਮਿੱਟੀ ਨੂੰ ਉਹ ਬਰਾਬਰ ਸਮਝਦਾ ਠੀਕ ਹੈ ਤੇ ਇੱਕੋ ਜਿਹਾ ਜਾਣਦਾ ਭਾਵ ਕਹਿਣ ਦਾ ਇਹ ਹੈ ਕਿ ਹਰ ਇੱਕ ਬੰਦੇ ਦੇ ਅੰਦਰ ਆਹ ਗੁਣ ਹੋਣਾ ਚਾਹੀਦਾ ਹੈ ਕਿ ਜਿਹੜਾ ਕਿ ਸੋਨੇ ਨੂੰ ਮਿੱਟੀ ਸਮਝਣ ਤੋਂ ਭਾਵ ਇਹ ਨਹੀਂ ਕਿ ਉਹ ਸੋਨੇ ਨੂੰ ਮਿੱਟੀ ਸਮਝਦਾ ਹੈ ਭਾਵ ਇਹ ਕਿ ਉਹਦੇ ਅੰਦਰ ਕਿਸੇ ਕਿਸਮ ਦਾ ਲਾਲਚ ਨਹੀਂ ਹੈ ਲਾਲਚ ਨਹੀਂ ਹੈ ਠੀਕ ਵੀ ਉਹ ਕਿਸੇ ਦਾ ਹੱਕ ਨਹੀਂ ਮਾਰਦਾ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕਰਦਾ ਇਹੋ ਜਿਹਾ ਉਹਦਾ ਜੀਵਨ ਹੈ ਠੀਕ ਤੇ ਉਹ ਮਨੁੱਖ ਉਸਤਤ ਨਿੰਦਿਆ ਤੋਂ ਵੀ ਨਿਆਰਾ ਹੈ ਹਮ ਹਮ ਉਹ ਨਿੰਦਿਆ ਸੁਣ ਕੇ ਬਹੁਤ ਖੁਸ਼ ਦੁਖੀ ਨਹੀਂ ਹੁੰਦਾ ਤੇ ਪ੍ਰਸ਼ੰਸਾ ਸੁਣ ਕੇ ਉਸ ਨੂੰ ਬਾੜੀ ਖੁਸ਼ੀ ਵੀ ਨਹੀਂ ਹੁੰਦੀ ਉਹ ਦੋਵਾਂ ਅਵਸਥਾਵਾਂ ਦੇ ਵਿੱਚ ਇੱਕੋ ਜਿਹਾ ਜੀਵਨ ਬਤੀਤ ਕਰਦਾ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਇੱਕ ਹੋਰ ਬਚਨ ਪੜ੍ਹਦੇ ਹਾਂ ਹਮ ਗੁਰੂ ਸਾਹਿਬ ਉਹਦੇ ਅੰਦਰ ਸਮਝਾਉਂਦੇ ਨੇ ਕਹਿੰਦੇ ਉਸਤਤ ਨਿੰਦਿਆ ਦੋ ਤਿਆਗ ਖੋਜੈ ਪਦ ਨਿਰਵਾਨ ਵੀ ਉਸਤਤ ਤੇ ਨਿੰਦਿਆ ਦੋਵਾਂ ਦਾ ਤਿਆਗ ਕਰਕੇ ਉਹ ਨਿਰਵਾਨ ਪਦ ਦੀ ਜਿਹੜੀ ਹੈ ਉਹ ਖੋਜ ਕਰਦਾ ਹੈ ਜੀ ਉਹਨੂੰ ਪਾੜ ਲੈ ਨਾ ਕਿ ਉਸ ਤਤਨਿੰਦਿਆ ਦੇ ਚੱਕਰ ਦੇ ਵਿੱਚ ਪੈਂਦਾ ਹੈ ਜਿਹੜਾ ਮਨੁੱਖ ਆਪਣੀ ਵਡਿਆਈ ਦੇ ਚੱਕਰ ਵਿੱਚ ਪੈ ਜਾਂਦਾ ਹੈ ਉਹ ਫਿਰ ਇਸੇ ਵਿੱਚ ਉਲਝ ਕੇ ਰਹਿ ਜਾਂਦਾ ਹੈ ਉਹਨੂੰ ਪ੍ਰਮਾਤਮਾ ਦੇ ਘਰ ਵਿੱਚੋਂ ਕੁਝ ਹਾਸਲ ਨਹੀਂ ਹੁੰਦਾ ਬਹੁਤੇ ਬੰਦੇ ਨੇ ਜਿਹੜੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਦੇ ਮਨ ਅੰਦਰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਕੋਈ ਸਾਡੀ ਵਡਿਆਈ ਕਰੇ ਜੀ ਦਾਨ ਕਰਨ ਵਾਲਾ ਬੰਦਾ ਇਹ ਚਾਹੇਗਾ ਕਿ ਮੇਰਾ ਕੋਈ ਨਾਮ ਲਵੇ ਮੈਨੂੰ ਕੋਈ ਜਾਣੇ ਕਿ ਇਹਨੇ ਦਾਨ ਕੀਤਾ ਹੈ ਫਲਾਣੀ ਚੀਜ਼ ਕਿਸੇ ਜਗ੍ਹਾ ਤੇ ਦਾਨ ਕੀਤੀ ਮਨੁੱਖ ਉਸ ਤਤ ਚਾਹਦਾ ਹੈ ਨਿੰਦਿਆ ਨਹੀਂ ਚਾਹੁੰਦਾ ਹਰ ਇੱਕ ਮਨੁੱਖ ਉਸਤਤੀ ਆਪਣੀ ਚਾਹੁੰਦਾ ਤੇ ਗੁਰੂ ਸਾਹਿਬ ਸਮਝਾਉਂਦੇ ਨੇ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਪਾਸੇ ਪਿਆ ਸਿਮਰਨ ਵਾਲੇ ਪਾਸੇ ਭਜਨ ਬੰਦਗੀ ਵਾਲੇ ਪਾਸੇ ਉਸ ਮਨੁੱਖ ਦੇ ਅੰਦਰ ਇਹ ਭਾਵਨਾ ਹੁੰਦੀ ਨਹੀਂ ਹੈ ਕਿ ਉਹਦੀ ਉਸਤਤ ਹੋਵੇ ਉਹਨੇ ਆਪਣੀ ਉਸਤਤ ਨੂੰ ਬਿਲਕੁਲ ਤਿਆਗ ਦਿੱਤਾ ਸਗੋਂ ਉਹ ਤੇ ਇਹ ਕਹਿੰਦਾ ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ ਭਾਵੇਂ ਕੋਈ ਮੈਨੂੰ ਚੰਗਾ ਕਵੇ ਚਾ ਭਾਵੇਂ ਕੋਈ ਮੈਨੂੰ ਮਾੜਾ ਕਵੇ ਪਰ ਮੈਂ ਜਿਸ ਪਾਸੇ ਲੱਗਿਆ ਮੈਂ ਇਧਰ ਲੱਗਿਆ ਰਹਿਣਾ ਹੈ ਪਰਮਾਤਮਾ ਵਾਲੇ ਪਾਸੇ ਚੰਗੇ ਕਰਤਾਂ ਵਾਲੇ ਪਾਸੇ ਸਤਿਗੁਰੂ ਇਹ ਗੱਲ ਸਮਝਾ ਰਹੇ ਨੇ ਉਸਤਤ ਨਿੰਦਿਆ ਨਾ ਹਿ ਜੇ ਕੰਚਨ ਲੋਹ ਸਮਾਨ ਤੇ ਕੰਚਨ ਨੂੰ ਮਿੱਟੀ ਦੇ ਸਮਾਨ ਲੋਹੇ ਦੇ ਬਰਾਬਰ ਉਸਨੇ ਜਾਣਿਆ ਉਹਦੇ ਬਰਾਬਰ ਸਾਹਮਣੇ ਲੋਹਾ ਅਤੇ ਕੰਚਨ ਜਿਹੜੇ ਨੇ ਦੋਵੇਂ ਬਰਾਬਰ ਨੇ ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਆਪਣੇ ਜੀਵਨ ਦੇ ਵਿੱਚ ਕਮਾ ਕੇ ਵਿਖਾਈ ਹੈ ਠੀਕ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਚਪਨ ਦੇ ਵਿੱਚ ਪਟਨਾ ਸਾਹਿਬ ਰਹਿੰਦੇ ਨੇ ਉਹਨਾਂ ਨੂੰ ਕਿਸੇ ਨੇ ਸੋਨੇ ਦੇ ਕੜੇ ਭੇਂਟ ਕੀਤੇ ਸਨ ਜੀ ਇੱਕ ਕੜਾ ਉਹਨਾਂ ਨੇ ਆਪਣੀ ਬਾਹ ਤੋਂ ਉਤਾਰ ਕੇ ਉਹਨਾਂ ਨੇ ਨਦੀ ਦੇ ਵਿੱਚ ਰੋੜ ਦਿੱਤਾ ਜੀ ਤੇ ਜਦੋਂ ਸਾਰਿਆਂ ਜਾਣੇ ਨੇ ਪੁੱਛਿਆ ਕਿ ਉਹ ਕੜਾ ਕਿੱਥੇ ਹੈ ਤੇ ਗੁਰੂ ਸਾਹਿਬ ਉਹਨਾਂ ਨੂੰ ਨਦੀ ਦੇ ਕੋਲ ਲੈ ਗਏ ਅਤੇ ਦੂਸਰਾ ਵੀ ਕੜਾ ਉਤਾਰ ਕੇ ਉਹ ਵੀ ਨਦੀ ਵਿੱਚ ਛੁੱਡ ਦਿੱਤਾ ਕਿ ਜਿੱਥੇ ਆਹ ਛੁੱਟਿਆ ਉੱਥੇ ਹੋ ਗਿਆ ਸੋ ਕਹਿਣ ਦਾ ਭਾਵ ਇਹ ਸੀ ਕਿ ਗੁਰੂ ਦੀ ਨਿਗਾਹ ਦੇ ਵਿੱਚ ਸਾਰੇ ਬਰਾਬਰ ਨੇ ਕਿ ਗੁਰੂ ਦੀ ਨਿਗਾਹ ਦੇ ਵਿੱਚ ਸੋਨਾ ਅਤੇ ਲੋਹਾ ਕੋਈ ਬਹੁਤੀ ਮਾਇਨੇ ਨਹੀਂ ਰੱਖਾਉਂਦੇ ਜਿਹੋ ਜਿਹਾ ਲੋਹਾ ਹੈ ਉਹੋ ਜਿਹਾ ਸੋਨਾ ਹੈ ਜਿਹੋ ਜਿਹਾ ਸੋਨਾ ਹੈ ਉਹੋ ਜਿਹਾ ਲੋਹਾ ਹੈ ਗੁਰੂ ਬਰਾਬਰ ਜਾਣਦਾ ਸਾਰਿਆਂ ਨੂੰ ਇਸ ਲਈ ਇਹ ਭਾਵਨਾ ਹਰ ਇੱਕ ਬੰਦੇ ਦੇ ਅੰਦਰ ਹੋਣੀ ਚਾਹੀਦੀ ਜਿਹਦੇ ਅੰਦਰ ਇਹ ਭਾਵਨਾ ਹੈ ਸਤਗੁਰੂ ਕਹਿੰਦੇ ਉਸ ਬੰਦੇ ਨੂੰ ਮੁਕਤ ਕਿਹਾ ਜਾਂਦਾ ਕੋਹ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਣ ਉਸ ਬੰਦੇ ਨੂੰ ਮੁਕਤ ਕਿਹਾ ਜਾਂਦਾ ਅਸੀਂ ਕਹਿੰਦੇ ਆ ਕਿ ਇਹ ਮੁਕਤੀ ਮਰਨ ਤੋਂ ਬਾਅਦ ਬੰਦੇ ਨੂੰ ਨਸੀਬ ਹੁੰਦੀ ਹੈ ਪਰ ਗੁਰਬਾਣੀ ਕਹਿੰਦੀ ਹੈ ਕਿ ਉਹ ਬੰਦਾ ਜਿਉਂਦੇ ਜੀ ਮੁਕਤ ਹੈ ਜਿਹਦਾ ਜੀਵਨ ਐਸਾ ਹੈ ਠੀਕ ਜਿਹੜਾ ਉਸਤਤ ਨਿੰਦਿਆ ਤੋਂ ਪਰੇ ਹੈ ਜਿਹੜਾ ਲੋਹੇ ਅਤੇ ਸੋਨੇ ਨੂੰ ਬਰਾਬਰ ਜਾਣਦਾ ਹੈ ਜਿਹਦੇ ਅੰਦਰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਜਿਹਦੇ ਅੰਦਰ ਕਿਸੇ ਕਿਸਮ ਦੀ ਕੋਈ ਭੈੜੀ ਵਾਸ਼ਨਾ ਨਹੀਂ ਔਗਣ ਨਹੀਂ ਉਹ ਬੰਦਾ ਇਸ ਸੰਸਾਰ ਅੰਦਰ ਰਹਿੰਦਿਆਂ ਹੋਇਆਂ ਹੀ ਮੁਕਤ ਹੋ ਚੁੱਕਾ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਇਸ ਸ਼ਲੋਕ ਅੰਦਰ ਸਾਨੂੰ ਸਮਝਾ ਰਹੇ ਨੇ ਤੇ ਅਗਲੀ ਗੱਲ ਸਤਗੁਰੂ ਜੀ ਸਾਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਕਹਿੰਦੇ ਹਰ ਖਸੋਗ ਜਾ ਕੇ ਨਹੀਂ ਹਰਖ ਤੇ ਸੋਗ ਹਰਖ ਦਾ ਅਰਥ ਖੁਸ਼ੀ ਸੋਗ ਗਮੀ ਕਿ ਜਿਹੜੇ ਅੰਦਰ ਖੁਸ਼ੀ ਅਤੇ ਗਮੀ ਦੋਵਾਂ ਦੇ ਨਾਲ ਹੀ ਲਗਾਵ ਨਹੀਂ ਜੀ ਕਿ ਖੁਸ਼ੀ ਦੇ ਨਾਲ ਵੀ ਬਹੁਤਾ ਲਗਾਵ ਨਹੀਂ ਤੇ ਗਮ ਦੇ ਵਿੱਚ ਵੀ ਉਹਨੂੰ ਕੋਈ ਘਬਰਾਹਟ ਨਹੀਂ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਾਰ ਦੁਖਮ ਹੈ ਦੁੱਖ ਨਹੀਂ ਮੰਨੇ ਠੀਕ ਦੁਖ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਵੀ ਜਿਹਦਾ ਜੀਵਨ ਇਹੋ ਜਿਹਾ ਹੈ ਦੁੱਖਾਂ ਦੇ ਵਿੱਚ ਜਿਹੜਾ ਘਬਰਾਉਂਦਾ ਨਹੀਂ ਤੇ ਸੁੱਖਾਂ ਦੇ ਨਾਲ ਜਿਹਦਾ ਪਿਆਰ ਨਹੀਂ ਕਿਸੇ ਕਿਸਮ ਦਾ ਜਿਹਦੇ ਅੰਦਰ ਡਰ ਨਹੀਂ ਹੈ ਜੀ ਸਾਡੇ ਮਨ ਅੰਦਰ ਸੁੱਖ ਦੀ ਚਾਹਨਾ ਤੇ ਹੈ ਪਰ ਅਸੀਂ ਦੁੱਖ ਨਹੀਂ ਚਾਹੁੰਦੇ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਵਿੱਚ ਹਮੇਸ਼ਾ ਸੁੱਖ ਆਵੇ ਪਰ ਦੁੱਖ ਨਾ ਆਵੇ ਅੱਗੇ ਚੱਲ ਕੇ ਆਪਾਂ ਵਿਚਾਰਾਂਗੇ ਗੁਰੂ ਸਾਹਿਬ ਨੇ ਅੱਗੇ ਜ਼ਿਕਰ ਕੀਤਾ ਕਿ ਜਤਨ ਬਹੁਤ ਸੁੱਖ ਕੋ ਕੀ ਹੋ ਵੀ ਸੁੱਖ ਲਈ ਤਾਂ ਯਤਨ ਕੀਤਾ ਪਰ ਦੁੱਖ ਨੂੰ ਦੂਰ ਕਰਨ ਵਾਸਤੇ ਇੱਕ ਵੀ ਯਤਨ ਨਹੀਂ ਕੀਤਾ ਠੀਕ ਹਰ ਇੱਕ ਬੰਦਾ ਸੁੱਖ ਚਾਹੁੰਦਾ ਹੈ ਸਤਿਗੁਰੂ ਕਹਿੰਦੇ ਜਿਸ ਮਨੁੱਖ ਦੇ ਅੰਦਰ ਸੁੱਖਾਂ ਅਤੇ ਦੁੱਖਾਂ ਕੋਈ ਥਾਂ ਨਹੀਂ ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਬੈਰੀ ਅਤੇ ਮਿੱਤਰ ਸਮਾਨ ਨੇ ਆਪਾਂ ਗੁਰਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ ਗੁਰੂ ਸਾਹਿਬ ਨੇ ਸਾਡੇ ਜੀਵਨ ਦੇ ਵਿੱਚ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਕਹਿੰਦੇ ਜਿਵੇਂ ਮੌਸਮ ਬਦਲ ਦੇ ਨਾਲ ਮਨੁੱਖ ਦਾ ਖਾਣ ਪੀਣ ਰਹਿਣ ਸਹਿਣ ਤੇ ਪਹਿਰਾਵਾ ਬਦਲਦਾ ਜੀ ਕਹਿੰਦੇ ਬਸ ਇਸੇ ਤਰ੍ਹਾਂ ਹੀ ਮਨੁੱਖ ਦੇ ਜੀਵਨ ਦੇ ਵਿੱਚ ਦੁੱਖ ਤੇ ਸੁੱਖ ਇਵੇਂ ਬਦਲਦੇ ਨੇ ਜਿਵੇਂ ਕੱਪੜੇ ਬਦਲਦੇ ਹਾਂ ਅਸੀਂ ਗੁਰੂ ਸਾਹਿਬ ਕਹਿੰਦੇ ਦੁੱਖ ਸੁੱਖ ਦੋਏ ਕਰ ਕੱਪੜੇ ਪਹਿ ਰਹੇ ਜਾਏ ਮਨੁੱਖ ਕਿ ਜਿਵੇਂ ਗਰਮੀਆਂ ਨੂੰ ਅਸੀਂ ਪਤਲੇ ਕੱਪੜੇ ਪਾ ਲਏ ਗਰਮੀਆਂ ਵਾਲੇ ਸਰਦੀਆਂ ਨੂੰ ਅਸੀਂ ਮੋٹے ਕੱਪੜੇ ਪਾ ਲਏ ਮੌਸਮ ਦੇ ਹਿਸਾਬ ਨਾਲ ਬਸ ਦੁੱਖ ਵੀ ਇਹ ਦੋ ਤਰ੍ਹਾਂ ਦੇ ਕੱਪੜੇ ਨੇ ਕਦੇ ਮਨੁੱਖ ਦੁੱਖ ਦਾ ਚੋਲਾ ਪਹਿਨ ਲੈਂਦਾ ਕਦੇ ਸੁੱਖ ਦਾ ਚੋਲਾ ਪਹਿਨ ਲੈਂਦਾ ਇਹ ਜੀਵਨ ਦੇ ਵਿੱਚ ਆਉਣੇ ਹੀ ਨੇ ਉਤਰਾ ਚੜਾ ਆਂਦੇ ਰਹਿਣਗੇ ਅੱਜ ਦੇ ਘਾਟਾ ਹੈ ਤੇ ਕੱਲ ਨੂੰ ਵਾਧਾ ਵੀ ਹੋਏਗਾ ਅੱਜ ਹੀ ਨੁਕਸਾਨ ਹੈ ਤੇ ਕੱਲ ਨੂੰ ਫਾਇਦਾ ਵੀ ਹੋਏਗਾ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਜਿਸ ਮਨੁੱਖ ਦੇ ਜੀਵਨ ਅੰਦਰ ਇਹਨਾਂ ਦੇ ਨਾਲ ਲਗਾਅ ਨਹੀਂ ਕਿਸੇ ਨੇ ਬੜਾ ਪਿਆਰਾ ਇੱਕ ਕਵਿਤਾ ਲਿਖਿਆ ਕਹਿੰਦਾ ਆਏ ਕੋ ਹਰਖ ਨਹੀਂ ਗਏ ਕੋ ਸੋਗ ਨਹੀਂ ਕਿ ਕੋਈ ਪ੍ਰਾਪਤ ਹੋ ਗਈ ਚੀਜ਼ ਤੇ ਉਹਦੀ ਕੋਈ ਬਾਹਲੀ ਖੁਸ਼ੀ ਨਹੀਂ ਜੇ ਕਿਸੇ ਪਾਸਿਓਂ ਕੋ ਘਾਟਾ ਪੈ ਗਿਆ ਤੇ ਉਹਦਾ ਕੋਈ ਦੁੱਖ ਵੀ ਨਹੀਂ ਆਏ ਕੋ ਹਰਖ ਨਹੀਂ ਗਏ ਕੋ ਸੋਗ ਨਹੀਂ ਕੈਸੇ ਨਿਰਦੁੰਦ ਭਏ ਸਮਝਣੇ ਕੀ ਬਾਤ ਹੈ ਵੀ ਪਤਾ ਨਹੀਂ ਕਿਵੇਂ ਚੁੱਪ ਕੀਤਾ ਇਹ ਬੰਦਾ ਸਮਝਣ ਦੀ ਗੱਲ ਹੈ ਦੇ ਨਹੀਂ ਰੇਰੇ ਨਹੀਂ ਆਪਣੇ ਸਰੀਰ ਦਾ ਕੋਈ ਨਏ ਪਿਆਰ ਨਹੀਂ ਲక్ష్ਮੀ ਕੋ ਹੀਰੇ ਨਹੀਂ ਕਿਸੇ ਦਾ ਪਰਾਇਆ ਧਨ ਉਹ ਮਾੜੀ ਭਾਵਨਾ ਨਾਲ ਦੇਖਦਾ ਵੀ ਨਹੀਂ ਦੇ ਨੇ ਨੇਰੇ ਨਹੀਂ ਲక్ష్ਮੀ ਕੋ ਹੀਰੇ ਨਹੀਂ ਮਨ ਕਾਹੂ ਫੇਰੇ ਨਹੀਂ ਪਾਹਨ ਸਾ ਮੰਗਾਤ ਵੀ ਪੱਥਰ ਦੀ ਤਰ੍ਹਾਂ ਆਪਣੇ ਸਰੀਰ ਨੂੰ ਅਡੋਲ ਕੀਤਾ ਹੋਇਆ ਮਨ ਨਹੀਂ ਡੁਲਾਉਂਦਾ ਕਿਸੇ ਪਾਸੇ ਆਪਣਾ ਜੀ ਕਹਿੰਦੇ ਐਸੋ ਜਦ ਗਿਆਨ ਹੋਤ ਆ ਜਦੋਂ ਲੋਗਨ ਕੀ ਰੀਤ ਨਹੀਂ ਕਾਹੂ ਸੰਗ ਪ੍ਰੀਤ ਨਹੀਂ ਕਿ ਲੋਕਾਂ ਦੀ ਰੀਤ ਤੇ ਨਹੀਂ ਚੱਲਦਾ ਇਹ ਨਹੀਂ ਕਿ ਲੋਕੀ ਕਰੀ ਜਾਂਦੇ ਤੇ ਮੈਂ ਵੀ ਉਹਨਾਂ ਦੇ ਮਗਰ ਤੁਰ ਪਵਾਂ ਨਹੀਂ ਲੋਗਨ ਕੀ ਰੀਤ ਨਹੀਂ ਕਾਹੂ ਸੰਗ ਜੀ ਪ੍ਰੀਤ ਨਹੀਂ ਹਾਰ ਨਹੀਂ ਜੀਤ ਨਹੀਂ ਕਹਿੰਦੇ ਨਾ ਤੇ ਹਾਰ ਦਾ ਗਮ ਐ ਨਾ ਜਿੱਤ ਦੀ ਕੋਈ ਬੜੀ ਖੁਸ਼ੀ ਐ ਆ ਜੀਵਨ ਐ ਐਸੋ ਜਦ ਗਿਆਨ ਹੋਤ ਜਦੋਂ ਬੰਦੇ ਨੂੰ ਆ ਗਿਆਨ ਹੋ ਜਾਂਦਾ ਐ ਐਸੋ ਜਦ ਗਿਆਨ ਹੋਤ ਤਵੇ ਕਿਛ ਧਿਆਨ ਹੋਤ ਬ੍ਰਹਮ ਕੇ ਸਮਾਨ ਹੋਤ ਬ੍ਰਹਮ ਵਿੱਚ ਸਮਾਨ ਹੈ ਠੀਕ ਜਦੋਂ ਬੰਦੇ ਨੂੰ ਇਹ ਗਿਆਨ ਹੋ ਜਾਂਦਾ ਤੇ ਉਹ ਬ੍ਰਹਮ ਦੇ ਸਮਾਨ ਹੋ ਕੇ ਫਿਰ ਬ੍ਰਹਮ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ ਰਾਈਟ ਗੁਰੂ ਸਾਹਿਬ ਇਹੀ ਗੱਲ ਇਸੇ ਸਮਝਾ ਰਹੇ ਨੇ ਸਾਨੂੰ ਹਰ ਖੁਸ਼ੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਿ ਬੈਰੀ ਤੇ ਮਿੱਤਰ ਬਰਾਬਰ ਨੇ ਗੁਰੂ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਆਂ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣੀ ਆਈ ਜਦੋਂ ਆਪਾਂ ਇਸ ਗੱਲ ਦੀ ਪਰੋੜਤਾ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਕਰਦੇ ਆਂ ਤੇ ਉਹਨਾਂ ਦਾ ਸਕਾ ਭਰਾ ਬਾਬਾ ਪ੍ਰਿਥੀਆ ਜੀ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦੇ ਲੱਖ ਯਤਨ ਕਰਦਾ ਖਡਾਵੇ ਨੂੰ ਭੇਜਿਆ ਜਾਂਦਾ ਹੈ ਜਿਹੜੀ ਦਾਈ ਹੈ ਉਹਨੂੰ ਭੇਜਿਆ ਜਾਂਦਾ ਹੈ ਕਿਸੇ ਸਪੇਰੇ ਨੂੰ ਭੇਜਿਆ ਜਾਂਦਾ ਹੈ ਤੇ ਉਹ ਸਾਰੇ ਦੱਸ ਦਿੰਦੇ ਨੇ ਕਿ ਤੁਹਾਡੇ ਭਰਾ ਨੇ ਇਹ ਸਾਨੂੰ ਕੰਮ ਕਰਨ ਵਾਸਤੇ ਆਖਿਆ ਪਰ ਧੰਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਆਪਣੇ ਜੀਵਨ ਦੇ ਵਿੱਚ ਇਹ ਗੱਲ ਸਿਰਫ ਲਿਖੀ ਨਹੀਂ ਉਹ ਆਪਣੇ ਜੀਵਨ ਵਿੱਚ ਹੰਡਾ ਕੇ ਵਿਖਾਈ ਕਿ ਨਾ ਕਿਸੇ ਨਾਲ ਵੈਰ ਨਹੀਂ ਬਿਲਕੁਲ ਕਿਸੇ ਨਾਲ ਵੈਰ ਵਿਰੋਧ ਨਹੀਂ ਪਤਾ ਵੀ ਲੱਗ ਗਿਆ ਇੱਥੇ ਜੇ ਅੱਜ ਸਾਡੀ ਹਾਲਤ ਇਹ ਹੈ ਮੈਨੂੰ ਪਤਾ ਲੱਗੇ ਸੀ ਕਿ ਮੇਰੇ ਭਰਾ ਨੇ ਜਾਂ ਮੇਰੇ ਗੁਆਂਢੀ ਨੇ ਆ ਕੀਤਾ ਮੈਂ ਉਹਨੂੰ ਗੋਲੀ ਨਾ ਮਾਰਦਿਆਂ ਤੇ ਅੱਜ ਇਹ ਸਾਡਾ ਹਾਲ ਹੈ ਬਿਲਕੁਲ ਜਦ ਕਿ ਗੁਰੂ ਸਾਹਿਬ ਨੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਉਂਕਿ ਬਿਲਕੁਲ ਉਹਦੇ ਵਿੱਚ ਉਹ ਸਮਦਰਸ਼ਤਾ ਜਿਹੜੀ ਹੈ ਉਸ ਤੇ ਉੱਤੇ ਜ਼ੋਰ ਦਿੱਤਾ ਅਗੇ ਗੁਰੂ ਸਾਹਿਬ ਕੀ ਕਹਿੰਦੇ ਨੇ ਇਸ ਬ੍ਰੇਕ ਤੋਂ ਬਾਅਦ ਸਾਂਝ ਪਾਈ ਵਾਂਸ ਅਗੇਨ ਵੈਲਕਮ ਬੈਕ ਟੂ ਦਾ ਪ੍ਰੋਗਰਾਮ ਅੱਜ ਦੇ ਸੈਗਮੈਂਟ ਇਸ ਬ੍ਰੇਕ ਤੋਂ ਪਹਿਲਾਂ ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵੰਦ ਹੋਰਾਂ ਨੇ ਸਾਂਝ ਪਾਈ ਕਿ ਗੁਰੂ ਸਾਹਿਬ ਸਾਨੂੰ ਸਮਦਰਸ਼ਤਾ ਦਾ ਉਪਦੇਸ਼ ਕਰ ਰਹੇ ਨੇ ਕਿ ਹਰ ਚੀਜ਼ ਨੂੰ ਸਮਾਨਤਾ ਨਾਲ ਜਦੋਂ ਅਸੀਂ ਦੇਖਾਂਗੇ ਤੇ ਕੋਈ ਊਚ ਨਹੀਂ ਕੋਈ ਨੀਚ ਨਹੀਂ ਤਾਂ ਉਸ ਨਾਲ ਸਾਡੇ ਮਨ ਦੇ ਵਿੱਚ ਜੋ ਹੈ ਇੱਕ ਗੱਲ ਬਹਿ ਜਾਏਗੀ ਕਿ ਅਸੀਂ ਹਰ ਇੱਕ ਚੀਜ਼ ਨੂੰ ਜੋ ਹੈ ਬੜੇ ਇੱਕ ਵੱਖਰੇ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਾਂਗੇ ਲੇਕਿਨ ਅੱਜ ਹੋ ਕੀ ਰਿਹਾ ਕੁਝ ਵੱਖਰੇ ਪਾਸੇ ਹੀ ਅਸੀਂ ਤੁਰ ਪਏ ਆ ਆ ਉਸੇ ਸੰਦਰਭ ਵਿੱਚ ਗੁਰੂ ਸਾਹਿਬ ਅੱਗੇ ਸਾਨੂੰ ਕੀ ਉਪਦੇਸ਼ ਕਰਦੇ ਨੇ ਉਸ ਨੂੰ ਤੁਹਾਨੂੰ ਵੀ ਸ਼ਾਮਿਲ ਕਰਦੇ ਆ ਜੀ ਬੜਾ ਸਾਰਾ ਅਬ ਬ੍ਰੇਕ ਤੋਂ ਪਹਿਲਾਂ ਆਪਾਂ ਵਿਚਾਰ ਰਹੇ ਸਾਂ ਕਿ ਗੁਰੂ ਸਾਹਿਬ ਸਾਨੂੰ ਸਮਝਾਣ ਦਾ ਯਤਨ ਕਰ ਰਹੇ ਨੇ ਕਿ ਮਨੁੱਖ ਦੇ ਜੀਵਨ ਅੰਦਰ ਸਮਦਰਸ਼ ਸਮਦਰਸ਼ਤਾ ਹੋਣੀ ਚਾਹੀਦੀ ਹੈ। ਕਿ ਉਹ ਬੈਰੀ ਅਤੇ ਮਿੱਤਰ ਸਾਰੇ ਬਰਾਬਰ ਹੋਣ ਪਰ ਹੋਣਗੇ ਕਿਵੇਂ ਗੱਲ ਇਹ ਹੈ ਵੀ ਬੈਰੀ ਤੇ ਮਿੱਤਰਾਂ ਨੂੰ ਮੈਂ ਬਰਾਬਰ ਸਮਝਾਂਗਾ ਕਿਵੇਂ ਇਹ ਕੋਈ ਸੌਖਾ ਕੰਮ ਨਹੀਂ ਹੈ ਜੀ ਕੋਈ ਆਸਾਨ ਕੰਮ ਬਿਲਕੁਲ ਨਹੀਂ ਹੈ ਜਿਵੇਂ ਅੱਖਾਂ ਦੀ ਮੈਂ ਇਥੋਂ ਬਿਆਨ ਕਰ ਦਿੱਤਾ ਤੇ ਮੇਰੇ ਜੀਵਨ ਵਿੱਚ ਵੀ ਖੁਦ ਸਮਵਰਸ਼ਤਾ ਹੋਏਗੀ ਐਸਾ ਨਹੀਂ ਕਿਉਂਕਿ ਇਹ ਗੱਲਾਂ ਕਹਿਣੀਆਂ ਆਸਾਨ ਨੇ ਤੇ ਜੀਵਨ ਵਿੱਚ ਲਿਆਉਣਾ ਇਹਨਾਂ ਨੂੰ ਬਹੁਤ ਮੁਸ਼ਕਲ ਬਿਲਕੁਲ ਤੇ ਇਹ ਗੁਰੂ ਕਿਰਪਾ ਕਰੇ ਤਾਂ ਹੀ ਸਾਡੇ ਜੀਵਨ ਅੰਦਰ ਆ ਸਕਦੀਆਂ ਪਰ ਅਸੀਂ ਯਤਨ ਜ਼ਰੂਰ ਕਰਨੇ ਨੇ ਜੀ ਆਪਣੇ ਵੱਲੋਂ ਤੇ ਅਸੀਂ ਕੋਸ਼ਿਸ਼ ਜ਼ਰੂਰ ਕਰਨੀ ਹੈ ਕਿ ਜੋ ਕੁਝ ਗੁਰਬਾਣੀ ਦੇ ਵਿੱਚ ਸਾਨੂੰ ਕਿਹਾ ਗਿਆ ਉਹ ਸਿਰਫ ਕਹਿਣ ਤੱਕ ਅਸੀਂ ਸੁਣਾਉਣ ਤੱਕ ਸੀਮਤ ਨਾ ਰਹੀਏ ਉਹ ਹੌਲੀ-ਹੌਲੀ ਆਪਣੇ ਜੀਵਨ ਵਿੱਚ ਉਹਨੂੰ ਲਿਆਂਡ ਦਾ ਯਤਨ ਕਰੀਏ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦੇ ਅੰਦਰ ਜਦੋਂ ਖੁਸ਼ੀ ਅਤੇ ਗਮੀ ਕਿਉਂਕਿ ਦੋ ਜੀਵਨ ਦੇ ਪੜਾਣ ਨੇ ਜਿਵੇਂ ਕਿ ਦੋ ਪਹਿਲੂ ਨੇ ਇਹ ਆਉਣੇ ਹੀ ਆਉਣੇ ਨੇ ਦੁੱਖ ਅਤੇ ਸੁਖ ਜੀਵਨ ਦੇ ਵਿੱਚ ਆਉਣਗੇ ਪਰ ਇਹਨਾਂ ਨੂੰ ਜਦੋਂ ਆਪਾਂ ਅਲੱਗ ਨਜ਼ਰੀਏ ਤੋਂ ਵੇਖਾਂਗੇ ਜਿਵੇਂ ਕਬੀਰ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਫਰੀਦ ਸਾਹਿਬ ਜੀ ਦਾ ਕਹਿੰਦੇ ਨੇ ਕਹਿੰਦੇ ਮੈਂ ਜਦੋਂ ਆਪਣੇ ਦੁੱਖਾਂ ਵੱਲ ਵੇਖਦਾ ਸੀ ਤੇ ਮੈਨੂੰ ਇੰਜ ਹੀ ਪ੍ਰਤੀਤ ਹੋਇਆ ਕਿ ਸ਼ਾਇਦ ਮੈਂ ਹੀ ਦੁਖੀ ਹਾਂ ਰਾਈਟ ਪਰ ਜਦੋਂ ਮੈਂ ਆਪਣੇ ਦੁੱਖ ਤੋਂ ਉੱਚਾ ਉੱਠ ਕੇ ਦੁਨੀਆ ਵੱਲ ਵੇਖਿਆ ਤੇ ਨਜ਼ਰ ਇਹ ਆਇਆ ਮੈਂ ਕੱਲਾ ਦੁਖੀ ਨਹੀਂ ਸਾਰੀ ਦੁਨੀਆ ਦੁਖੀ ਪਈ ਹੈ ਹਮ ਹਮ ਬਸ ਇਹੀ ਗੱਲ ਹੈ ਕਿ ਆਪਣੇ ਦੁੱਖ ਤੋਂ ਥੋੜਾ ਉੱਚਾ ਉੱਠ ਕੇ ਦੇਖਾਂਗੇ ਤੇ ਫਿਰ ਸਮਝ ਆਏਗਾ ਕਿ ਅਸਲ ਸਚਾਈ ਕੀ ਹੈ ਜੀ ਕਿਉਂਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਮੈਂ ਹੀ ਦੁਖੀ ਹਾਂ ਪਰ ਸਾਰਾ ਸੰਸਾਰ ਹੀ ਇੱਥੇ ਦੁਖੀ ਰਾਈਟ ਤੇ ਇਸ ਲਈ ਆਪਣੇ ਆਪ ਨੂੰ ਪ੍ਰਮਾਤਮਾ ਦੇ ਨਾਲ ਜੋੜਨਾ ਬਾਣੀ ਨਾਲ ਜੋੜਨਾ ਸਿਮਰਨ ਨਾਲ ਭਜਨ ਬੰਦਗੀ ਨਾਲ ਜੋੜਨਾ ਅਤੇ ਆਪਣੀ ਜਿਹੜੀ ਸੋਚ ਹੈ ਆਪਣੇ ਵਿਚਾਰ ਹੈ ਉਸ ਨੂੰ ਗੁਰੂ ਦੀ ਮਤ ਅਨੁਸਾਰ ਜਦੋਂ ਅਸੀਂ ਢਾਲਾਂਗੇ ਤੇ ਫਿਰ ਸਾਨੂੰ ਸਮਝ ਆਏਗੀ ਕਿ ਗੁਰੂ ਸਾਹਿਬ ਨੇ ਜੋ ਇੱਕ ਗੱਲ ਕਹੀ ਕਿ ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮ ਕੋ ਬਨ ਆਈ ਜੀ ਬਿਦਨਾ ਕੋਈ ਬੈਣ ਨਹੀਂ ਕੋਈ ਬੇਗਾਨਾ ਨਹੀਂ ਮਨ ਆਪਣੇ ਤੇ ਬੁਰਾ ਮਿਟਾਨਾ ਕਿ ਆਪਣੇ ਮਨ ਅੰਦਰੋਂ ਬੁਰਾ ਭਾਵਨਾ ਹੀ ਖਤਮ ਕਰ ਲੈਣੀ ਬੈਰ ਭਾਵਨਾ ਜਿਨ੍ਹਾਂ ਨੇ ਇਸ ਭਾਵਨਾ ਨੂੰ ਖਤਮ ਕਰ ਲਿਆ ਸਤਿਗੁਰੂ ਕਹਿੰਦੇ ਫਿਰ ਉਹੀ ਬੰਦੇ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤਹਾਂ ਉਹਨਾਂ ਨੂੰ ਮੁਕਤ ਕਿਹਾ ਜਾਂਦਾ ਹੈ ਉਹਨਾਂ ਨੂੰ ਮੁਕਤ ਜਾਣਿਆ ਜਾਂਦਾ ਹੈ ਜਿਨ੍ਹਾਂ ਦੇ ਜੀਵਨ ਦੇ ਅੰਦਰ ਆਹ ਗੱਲ ਆ ਗਈ ਹੈ ਜੀ ਜਿਨ੍ਹਾਂ ਦੇ ਜੀਵਨ ਅੰਦਰ ਇਹ ਗੱਲਾਂ ਨਹੀਂ ਆਈਆਂ ਉਹਨਾਂ ਨੂੰ ਗਿਆਨੀ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ ਮੁਕਤ ਨਹੀਂ ਕਿਹਾ ਜਾ ਸਕਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਮਰਨ ਤੋਂ ਬਾਅਦ ਮੁਕਤ ਹੋ ਗਿਆ ਹੂੰ ਹੂੰ ਕਿਉਂਕਿ ਇਸ ਗੱਲ ਦਾ ਦਾਵਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਕਿਉਂਕਿ ਨਾ ਤੇ ਸਾਨੂੰ ਆਪਣੇ ਪਿਛਲੇ ਜਨਮ ਦਾ ਪਤਾ ਹੈ ਨਾ ਆਉਣ ਵਾਲੇ ਜਨਮ ਦਾ ਪਤਾ ਹੈ ਅੱਜ ਦਾ ਇਹ ਸਾਨੂੰ ਪਤਾ ਹੈ ਤੇ ਗੁਰਬਾਣੀ ਜਿਹੜੀ ਹੈ ਸਾਨੂੰ ਅੱਜ ਦੀ ਗੱਲ ਸਮਝਾਉਂਦੀ ਹੈ ਬਿਲਕੁਲ ਅਸੀਂ ਕਈ ਵਾਰਾਂ ਕਹਿ ਲੈਂਦੇ ਹਾਂ ਕਿ ਪਿਛਲੇ ਜਨਮ ਦੇ ਕਰਮ ਚਲੋ ਉਹ ਹੋਣਗੇ ਹੂੰ ਹੂੰ ਆਪਾਂ ਇਸ ਗੱਲ ਨੂੰ ਦਾਵਾ ਨਹੀਂ ਕਹਿ ਸਕਦੇ ਦਾਵਾ ਬੰਨ ਵੀ ਨਹੀਂ ਸਕਦੇ ਕਿ ਪਿਛਲੇ ਇੱਕ ਜਨਮ ਹੈਗਾ ਸੀ ਕਿ ਨਹੀਂ ਹੈਗਾ ਸੀ ਇਹਦਾ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਪਰ ਆਪਾਂ ਅੱਜ ਨੂੰ ਦੇਖੀ ਹੈ ਨਾ ਬਿਲਕੁਲ ਉਸ ਨੂੰ ਤਾਂ ਸਵਾਰ ਸਕਦੇ ਅਸੀਂ ਬਿਲਕੁਲ ਅਸੀਂ ਮਨੁੱਖ ਦੋ ਹੀ ਗੱਲਾਂ ਕਰਕੇ ਰਹੁੰਦਾ ਜਾਂ ਤੇ ਆਪਣੇ ਪਾਸਟ ਨੂੰ ਲੈ ਕੇ ਜਾਂ ਫਿਊਚਰ ਨੂੰ ਲੈ ਕੇ ਫਿਊਚਰ ਪਾਸਟ ਦੀ ਫਿਕਰ ਹੈ ਕਿ ਆਹ ਗਲਤੀ ਕਰ ਲਈ ਇਹ ਨਹੀਂ ਹੋਣਾ ਚਾਹੀਦਾ ਇੰਨੇ ਪੈਸਿਆਂ ਦਾ ਪ੍ਰੋਫਿਟ ਹੋਣਾ ਚਾਹੀਦਾ ਸੀ ਆਹ ਹੋਣਾ ਚਾਹੀਦਾ ਸੀ ਉਹਨੂੰ ਚਿੱਤੇ ਕਰ ਕਰਕੇ ਰਹੁੰਦਾ ਜਾਂ ਬੰਦਾ ਤਾਂ ਦੁਖੀ ਹੁੰਦਾ ਕਿ ਫਿਊਚਰ ਵਿੱਚ ਆਹ ਹੋਣਾ ਚਾਹੀਦਾ ਹੈ ਬੱਚਿਆਂ ਦੇ ਆ ਪ੍ਰਬੰਧ ਹੋਣੇ ਚਾਹੀਦੇ ਨੇ ਇਥੇ ਉਥੇ ਉਹਨਾਂ ਡਮਿਸ਼ਨ ਦਿਵਾਣੀ ਹੈ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਫਿਕਰ ਪਰ ਪ੍ਰੈਜ਼ੈਂਟ ਕੀ ਹੈ ਇਹਦੀ ਫਿਕਰ ਇਨਸਾਨ ਨੂੰ ਨਹੀਂ ਹੈ ਪਰ ਜਦ ਕੇ ਸਵਾਰਨਾ ਤੇ ਆਪਣਾ ਅੱਜ ਹੈ ਬਿਲਕੁਲ ਉਹੀ ਗੁਰੂ ਸਾਹਿਬ ਇਸ ਬਾਣੀ ਵਿੱਚ ਖਾਸ ਤੌਰ ਤੇ ਨਵੇਂ ਮਹਲੇ ਦੇ ਜਿਹੜੇ ਸ਼ਲੋਕ ਨੇ ਤੇ ਇਸੀ ਚੀਜ਼ ਨੂੰ ਫੋਕਸ ਕਰਕੇ ਗੱਲਬਾਤ ਕਰ ਰਹੇ ਵੀ ਅੱਜ ਨੂੰ ਸਵਾਰ ਲਵਾਂਗੇ ਆਪਾਂ ਸਾਡਾ ਫਿਊਚਰ ਆਪਣੇ ਆਪ ਸਬਰ ਜਾਏਗਾ ਤੇ ਇਹੀ ਗੱਲ ਸਤਗੁਰੂ ਸਮਝਾਉਂਦੇ ਨੇ ਕਹਿੰਦੇ ਜਿਨ੍ਹਾਂ ਨੇ ਆਪਣੇ ਅੱਜ ਨੂੰ ਸਵਾਰ ਲਿਆ ਉਹ ਬੰਦੇ ਜੀਉਂਦੇ ਜੀ ਮੁਕਤ ਹੋ ਗਏ ਠੀਕ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਅੰਦਰ ਸਮਝਾਉਂਦੇ आत्महितावै जीवनमुक्त सो उ कहावे ਹੁਣ ਉਥੇ ਜੀਵਨ ਮੁਕਤ ਦੀ ਗੱਲ ਹੈ ਵੀ ਜੂੰਦੇ ਜੀ ਮੁਕਤੀ ਉਸੇ ਬੰਦੇ ਨੂੰ ਮਿਲੇਗੀ ਜਿਹੜਾ ਗੁਰੂ ਦੀ ਅਗਿਆ ਵਿੱਚ ਜੀਵਨ ਜੀਤ ਬਤੀਤ ਕਰੇਗਾ ਸਤਗੁਰੂ ਅਗਲੇ ਸ਼ਲੋਕ ਅੰਦਰ ਸਮਝਾਉਂਦੇ ਨੇ ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਨਾ ਕਿਸੇ ਕਿਸਮ ਦਾ ਭੈ ਹੈ ਅਤੇ ਨਾ ਹੀ ਉਹ ਕਿਸੇ ਨੂੰ ਭੈ ਦਿੰਦੇ ਨੇ ਭਾਵ ਡਰ ਵੀ ਕਿਸੇ ਦਾ ਨਹੀਂ ਤੇ ਡਰਾਉਂਦੇ ਵੀ ਕਿਸੇ ਨੂੰ ਨਹੀਂ ਬੰਦਾ ਉਹੀ ਡਰਦਾ ਡਰਾਉਂਦਾ ਜਿਹਨੂੰ ਖੁਦ ਡਰ ਜੀ ਜਿਹਨੂੰ ਖੁਦ ਕਿਸੇ ਦਾ ਡਰ ਨਹੀਂ ਉਹ ਕਿਸੇ ਨੂੰ ਵੀ ਨਹੀਂ ਡਰਾਉਂਦਾ ਠੀਕ ਸਤਿਗੁਰੂ ਸਮਝਾਉਂਦੇ ਭੈ ਕਾਹੁ ਕੋ ਦੇਤ ਨਹਿ ਨਹਿ ਪੈਮਾਨਤ ਆਨ ਕਿ ਉਹਨਾਂ ਦੇ ਜੀਵਨ ਅੰਦਰ ਨਾ ਤੇ ਕੋਈ ਡਰ ਹੈ ਜੀ ਅਤੇ ਨਾ ਹੀ ਉਹ ਕਿਸੇ ਨੂੰ ਡਰਾਉਂਦਾ ਹੈ ਹਮ ਹਮ ਸਾਡੇ ਜੀਵਨ ਵਿੱਚ ਜੇ ਡਰ ਹੈ ਸਾਨੂੰ ਡਰ ਹੈ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਕੋਈ ਫਿਕਰ ਨੇ ਕੋਈ ਕਿਸ਼ਤ ਦੇਣੀ ਹੈ ਕਾਰ ਦੀ ਕਿਸ਼ਤ ਦੇਣੀ ਹੈ ਇਸ ਤਰ੍ਹਾਂ ਦੀਆਂ ਹੋਰ ਸਾਰੀਆਂ ਚਿੰਤਾਵਾਂ ਨੇ ਬਹੁਤ ਸਾਰੇ ਡਰ ਨੇ ਕੋਈ ਦੁੱਖ ਨਾ ਆ ਜਾਏ ਕੋਈ ਤਕਲੀਫ ਨਾ ਆ ਜਾਏ ਇਸ ਤੋਂ ਇਲਾਵਾ ਕੋਈ ਹੋਰ ਘਟਨਾ ਨਾ ਵਾਪਰ ਜਾਏ ਸਾਨੂੰ ਹਰ ਕਈ ਤਰ੍ਹਾਂ ਦੇ ਡਰ ਜਿਹੜੇ ਸਾਡੇ ਮਨ ਅੰਦਰ ਸਹਿਮ ਬਣੇ ਰਹਿੰਦੇ ਨੇ ਤੇ ਅਸੀਂ ਫੇ ਕਿਸੇ ਨਾ ਕਿਸੇ ਆਪਣੇ ਬਾਸ ਤੋਂ ਵੀ ਡਰਦੇ ਆ ਕਿਤੇ ਕੋਈ ਗੱਲ ਨਾ ਹੋਵੇ ਮੈਨੂੰ ਨੌਕਰੀ ਤੋਂ ਨਾ ਹੱਥ ਧੋਣਾ ਪਵੇ ਬਹੁਤ ਸਾਰੀਆਂ ਮਨੁੱਖ ਨੂੰ ਮੁਸ਼ਕਲਾਂ ਨੇ ਤੇ ਮਨੁੱਖ ਡਰਦਾ ਤੇ ਡਰ ਦੇ ਵਿੱਚ ਜੀਵਨ ਬਤੀਤ ਕਰਦਾ ਤੇ ਇਸ ਡਰ ਅੰਦਰ ਸਹਿਮੇ ਸਹਿਮੇ انسان ਹਰ ਇੱਕ انسان ਕਹਿਣ ਨੂੰ ਭਾਵੇਂ ਕਹਵੇ ਕਿ ਮੈਂ ਨਹੀਂ ਡਰਾਂ ਮੈਂ ਬਹੁਤ ਦਲੇਰ ਹਾਂ ਪਰ ਕਿਤੇ ਨਾ ਕਿਤੇ ਉਹਦੇ ਅੰਦਰ ਡਰ ਜ਼ਰੂਰ ਹੈ ਸਹਿਮ ਜ਼ਰੂਰ ਹੈ ਤੇ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਜਿਨੇ ਆਪਣੇ ਅੰਦਰੋਂ ਹਰ ਇੱਕ ਤਰ੍ਹਾਂ ਦਾ ਡਰ ਹਰ ਇੱਕ ਤਰ੍ਹਾਂ ਦਾ ਸਹਿਮ ਖਤਮ ਕਰ ਲਿਆ ਗੁਰੂ ਸਾਹਿਬ ਕਹਿੰਦੇ ਉਹ ਨਿਰਭਉ ਹੋ ਗਿਆ ਜਿਹੜਾ ਨਿਰਭਉ ਹੋ ਗਿਆ ਤੇ ਉਹ ਕਿਸੇ ਦੂਜੇ ਨੂੰ ਡਰਾਉਂਦਾ ਵੀ ਨਹੀਂ ਨਹੀਂ ਡਰੇਗਾ ਬਿਲਕੁਲ ਉਹ ਡਰਾਏਗਾ ਵੀ ਨਹੀਂ ਸਤਗੁਰੂ ਸਮਝਾਉਂਦੇ ਭੈ ਕਾਹੂ ਕੋ ਦੇਤ ਨਹਿ ਪੈਮਾਨਤ ਆਣ ਤੇ ਉਹੀ ਬੰਦਾ ਕੋਹ ਨਾਨਕ ਸੁਨ ਰੇ ਮਨ ਆ ਗਿਆਨੀ ਤਾਹੇ ਵਖਾਨ ਗਿਆਨੀ ਉਸੇ ਨੂੰ ਕਹਿੰਦੇ ਨੇ ਕਿ ਜਿਹੜਾ ਆਪਣੇ ਜੀਵਨ ਅੰਦਰੋਂ ਹਰ ਇੱਕ ਭੈ ਨੂੰ ਖਤਮ ਕਰ ਲੈਂਦਾ ਗਿਆਨ ਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਗਿਆਨ ਦੇ ਨਾਲ ਕਿਸੇ ਦੂਸਰੇ ਦੀ ਹੇਠੀ ਕਰਨੀ ਜੀ ਅੱਜ ਅਸੀਂ ਇਹ ਸਮਝ ਲਿਆ ਕਿ ਗਿਆਨ ਦਾ ਮਤਲਬ ਕਿ ਜਿਹਦੇ ਕੋਲ ਗਿਆਨ ਹੈ ਉਹ ਕਿਸੇ ਦੂਸਰੇ ਨੂੰ ਨੀਚਾ ਵਿਖਾਣ ਦਾ ਯਤਨ ਕਰਦਾ ਹੈ ਕਿ ਮੈਨੂੰ ਜ਼ਿਆਦਾ ਸਮਝ ਹੈ ਮੈਨੂੰ ਜ਼ਿਆਦਾ ਗਿਆਨ ਹੈ ਮੈਨੂੰ ਜ਼ਿਆਦਾ ਧਰਮ ਦਾ ਗਿਆਨ ਹੈ ਧਰਮ ਸ਼ਾਸਤਰਾਂ ਦਾ ਧਰਮ ਗ੍ਰੰਥਾਂ ਦਾ ਗਿਆਨ ਤੇ ਅੱਜ ਇਸੇ ਕਰਕੇ ਸਾਰਾ ਸੰਸਾਰ ਜਿਹੜਾ ਉਲਝਿਆ ਹੋਇਆ ਕਿਉਂਕਿ ਅਸੀਂ ਆਪਣੇ ਆਪ ਨੂੰ ਗਿਆਨੀ ਕਹਾ ਰਹੇ ਹਾਂ ਪਰ ਗੁਰਬਾਣੀ ਜਿਸ ਗਿਆਨੀ ਦੀ ਵਿਆਖਿਆ ਕਰਦੀ ਕਰਕੇ ਸੁਣਾਉਂਦੀ ਹੈ ਉਹ ਗਿਆਨੀ ਕੋਈ ਹੋਰ ਹੈ ਜ਼ਰੂਰੀ ਨਹੀਂ ਹੈ ਕਿ ਉਹ ਗਿਆਨੀ ਕੋਈ ਕੇਸ ਆਧਾਰੀ ਹੋਵੇਗਾ ਜੀ ਅਸੀਂ ਕਿਵੇਂ ਸ਼ਬਦ ਵਰਤ ਲੈਣੇ ਕਿ ਜਿਹੜਾ ਕੇਸਾ ਧਾਰੀ ਬੰਦਾ ਉਹਨੂੰ ਆਮ ਲੋਕੀ ਗਿਆਨੀ ਕਹਿ ਦਿੰਦੇ ਨੇ ਪਰ ਅਸਲ ਵਿੱਚ ਗਿਆਨੀ ਕਿਸੇ ਕੇਸਾ ਧਾਰੀ ਨੂੰ ਨਹੀਂ ਕਿਹਾ ਜਾਂਦਾ ਗਿਆਨੀ ਉਹਨੂੰ ਕਿਹਾ ਜਾਂਦਾ ਜਿਸ ਨੂੰ ਪਰਮਾਤਮਾ ਦਾ ਗਿਆਨ ਹੈ ਜਿਹਦੇ ਬਾਰੇ ਚ ਗੁਰੂ ਸਾਹਿਬ ਨੇ ਇੱਥੇ ਆ ਗੱਲਾਂ ਬਿਆਨ ਕੀਤੀਆਂ ਨੇ ਉਹਨੂੰ ਗਿਆਨੀ ਕਹਿੰਦੇ ਨੇ ਗੁਰਮਤਿ ਦੇ ਅਨੁਕੂਲ ਸੇ ਸਤਗੁਰੂ ਸਮਝਾਉਂਦੇ ਨੇ ਕਿ ਜਿਸ ਬੰਦੇ ਨੇ ਆਪਣੇ ਜੀਵਨ ਅੰਦਰ ਇਸ ਗੱਲ ਨੂੰ ਧਾਰਨ ਕਰ ਲਿਆ ਹੈ ਜਿਹੜਾ ਹਰ ਖਸੋਗ ਤੋਂ ਨਿਆਰਾ ਹੈ ਉਸ ਤਨਿੰਦਿਆ ਤੋਂ ਲਿਆਰਾ ਜਿਹੜਾ ਜਿਹਦੇ ਲਈ ਕੰਚਨ ਤੇ ਲੋਹ ਸਮਾਨ ਨੇ ਉਹ ਮਨੁੱਖ ਗਿਆਨੀ ਹੈ ਉਸ ਨੂੰ ਗਿਆਨੀ ਕਿਹਾ ਗਿਆ ਤੇ ਉਹੀ ਜੂੰਦਿਆਂ ਜੀ ਮੁਕਤੀ ਦੇ ਯੋਗ ਹੈ ਜੀ ਉਹੀ ਜੂੰਦਿਆਂ ਜੀ ਮੁਕਤ ਹੋ ਚੁੱਕਾ ਹੈ ਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਇਸ ਗੱਲ ਦਾ ਜ਼ਿਕਰ ਇਸ ਤਰ੍ਹਾਂ ਵੀ ਕੀਤਾ ਕਿ ਉਸ ਮਨੁੱਖ ਦੇ ਅੰਦਰ ਕਾਮ ਕ੍ਰੋਧ ਪਰਜੇ ਜਿਹਦੇ ਅੰਦਰ ਕਾਮ ਕ੍ਰੋਧ ਦਾ ਅਸਰ ਨਹੀਂ ਹਮਮ ਤੇ ਇਹ ਕਾਮਕਰੋਧ ਨਹੀਂ ਹੈ ਬੈਰੀ ਮੀਤ ਸਮਾਨ ਨੇ ਜਿਹਦੇ ਵਾਸਤੇ ਅਤੇ ਜਿਹਦੇ ਸਾਰਿਆਂ ਦੇ ਵਾਸਤੇ ਜਿਹੜਾ ਇੱਕੋ ਨਜ਼ਰੀਆ ਰੱਖਦਾ ਸਾਰਿਆਂ ਦੇ ਲਈ ਉਹਦੇ ਵਾਸਤੇ ਹਿੰਦੂ ਤੇ ਮੁਸਲਮਾਨ ਜਾਂ ਸਿੱਖ ਕੋਈ ਵੱਖਰੇ ਵੱਖਰੇ ਨਹੀਂ ਹਮ ਹਮ ਉਹ ਕੈਨ ਨੂੰ ਨਿਰਪੱਖਤਾ ਨਹੀਂ ਆਉਂਦੀ ਜੀਵਨ ਵਿੱਚ ਉਹ ਸਿਰਫ ਆਪਣੇ ਜੀਵਨ ਵਿੱਚ ਉਸ ਗੱਲ ਨੂੰ ਧਾਰਨ ਕਰ ਚੁੱਕਾ ਹੈ ਜੀ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਚੁੱਕਾ ਹੈ ਕਿ ਸਾਰੇ ਜਿਹੜੇ ਨੇ ਸਮਾਨ ਨੇ ਹਮ ਉਹ ਸਿਰਫ ਅਫੋਕੀਆਂ ਗੱਲਾਂ ਨਹੀਂ ਕਰਦਾ ਉਹ ਐਸਾ ਨਹੀਂ ਕਹਿੰਦਾ ਕਿ ਸਟੇਜ ਤੋਂ ਕਹਿ ਦੇਵੇ ਕਿ ਹਾਂ ਕਿ ਧਰਮ ਨਿਰਪੱਖ ਹਾਂ ਕਿ ਸਾਰੇ ਧਰਮ ਬਰਾਬਰ ਨੇ ਤੇ ਜਦੋਂ ਕੋਈ ਉਸ ਨੂੰ ਆਖੇ ਕੇ ਭਾਈ ਆ ਧਰਮ ਜਿਹੜੇ ਨੇ ਉਹ ਬੰਦੇ ਕੋਈ ਜਿਹੜੇ ਨੀਚ ਨੇ ਉਹ ਆਪਣਾ ਧਰਮ ਛੱਡ ਕੇ ਨੀਚ ਧਰਮ ਤੋਂ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਹੈ ਉਹ ਅੰਮ੍ਰਿਤ ਛਕਣਾ ਚਾਹੁੰਦੇ ਨੇ ਤੇ ਉਹ ਬਾਅਦ ਵਿੱਚ ਉਹ ਬੰਦਾ ਇਹ ਆਖੇ ਕਿ ਨਹੀਂ ਜੀ ਇਹਨਾਂ ਨੇ ਧਰਮ ਹੀ ਬਦਲਣਾ ਹੈ ਤੇ ਇਹ ਮੁਸਲਮਾਨ ਕਿਉਂ ਨਾ ਬਣ ਇਹ ਸਿੱਖ ਨਹੀਂ ਬਣਨੇ ਚਾਹੀਦੇ ਕਿਉਂਕਿ ਉਹ ਨਿਰਪੱਖਤਾ ਨਹੀਂ ਐਸਾ ਇਤਿਹਾਸ ਦੇ ਵਿੱਚ ਹੋ ਚੁੱਕਾ ਹੈ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਸਾਰੇ ਧਰਮ ਬਰਾਬਰ ਨੇ ਜਦੋਂ ਇਹੋ ਜੀ ਕੋਈ ਗੱਲ ਆਈ ਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਹਰੀ ਜਨ ਦਾ ਖਿਤਾਬ ਦੇ ਦਿੱਤਾ ਕਿ ਇਹ ਲੋਕ ਸਿੱਖ ਨਹੀਂ ਬਣ ਸਕਦੇ ਇਹਨਾਂ ਨੂੰ ਹਰੀ ਜਨ ਬਣਾ ਦਿਓ ਠੀਕ ਕਿਉਂਕਿ ਉਹਨਾਂ ਅੰਦਰ ਨਿਰਪੱਖਤਾ ਨਹੀਂ ਸੀ ਉਹ ਸਿਰਫ ਕਹਿਣ ਨੂੰ ਧਰਮ ਨਿਰਪੱਖ ਸਨ ਤੇ ਜਿਨ੍ਹਾਂ ਦੇ ਅੰਦਰ ਆਹ ਗੁਣ ਆ ਗਏ ਨੇ ਉਹ ਬੰਦੇ ਧਰਮ ਨਿਰਪੱਖ ਹੋ ਗਏ ਅਤੇ ਉਹਨਾਂ ਨੇ ਇਸ ਗੱਲ ਨੂੰ ਜਾਣ ਲਿਆ ਇਸ ਗੱਲ ਨੂੰ ਸਮਝ ਲਿਆ ਕਿ ਸਾਰੇ ਧਰਮ ਬਰਾਬਰ ਨੇ ਸਾਰੇ ਸਤਕਾਰਯੋਗ ਨੇ ਸਾਰੇ ਹੀ ਬੰਦੇ ਸਤਕਾਰਯੋਗ ਨੇ ਤੇ ਉਹ ਬੰਦੇ ਜਿਹੜੇ ਆਪਣੇ ਆਪ ਨੂੰ ਇਹਨਾਂ ਗੱਲਾਂ ਦੇ ਵਿੱਚ ਅਨੁਕੂਲ ਪੂਰੀ ਤਰ੍ਹਾਂ ਕਰ ਚੁੱਕੇ ਨੇ ਢਾਲ ਚੁੱਕੇ ਨੇ ਉਹਨਾਂ ਨੂੰ ਗੁਰਬਾਣੀ ਗਿਆਨੀ ਕਹਿੰਦੀ ਹੈ ਜੀ ਉਨਾਂ ਨੂੰ ਗੁਰਗਿਆਨੀ ਆਖਿਆ ਜਾਂਦਾ ਹੈ ਤੇ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਜਿਨ੍ਹਾਂ ਨੇ ਫਿਰ ਆਪਣੇ ਅੰਦਰੋਂ ਔਗਣਾ ਦਾ ਤਿਆਗ ਕਰ ਦਿੱਤਾ ਆਪਣੇ ਅੰਦਰੋਂ ਐਬ ਗੁਨਾ ਛੱਡ ਦਿੱਤੇ ਜਿਹੇ ਵਿਖਿਆ ਸਗਲੀ ਤਜੀ ਜਿਨੇ ਵਿਖਿਆ ਅਰਥ ਮਾਇਆ ਜਿਨੇ ਮਾਇਆ ਸਗਲੀ ਮਾਇਆ ਤਿਆਗ ਦਿੱਤੀ ਮਾਇਆ ਤੋਂ ਭਾਵ ਹਰ ਇੱਕ ਉਹ ਚੀਜ਼ ਜਿਹਨੂੰ ਖਾਣ ਨਾਲ ਪੀਣ ਨਾਲ ਰੱਬ ਭੁੱਲ ਜਾਏ ਉਹਨੂੰ ਮਾਇਆ ਕਹਿੰਦੇ ਨੇ ਜਿਹਨੂੰ ਵਰਤਣ ਦੇ ਨਾਲ ਰੱਬ ਵਿਸਰਦਾ ਉਹਨੂੰ ਮਾਇਆ ਕਿਹਾ ਜਾਂਦਾ ਜਿਸ ਨੇ ਮਾਇਆ ਦਾ ਤਿਆਗ ਕਰ ਦਿੱਤਾ ਉਸ ਬੰਦੇ ਨੇ ਜਿਹਮ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਉਹਨੇ ਬੈਰਾਗ ਬੈਰਾਗ ਦਾ ਪੇਖ ਧਾਰਨ ਕੀਤਾ ਬੈਰਾਗ ਦਾ ਪੇਖ ਧਾਰਨ ਕਰਨ ਤੋਂ ਮਤਲਬ ਇਹ ਨਹੀਂ ਕਿ ਆਪਣਾ ਘਰ-ਬਾਰ ਛੱਡ ਦਿੱਤਾ ਜੀ ਕਿ ਬੇਰਾਗੀ ਸਾਧੂ ਬਣ ਗਿਆ ਬੈਰਾਗ ਤੋਂ ਭਾਵ ਇਹ ਹੁੰਦਾ ਹੈ ਕਿ ਉਸ ਬੰਦੇ ਨੇ ਮਾਇਆ ਦਾ ਪ੍ਰਭਾਵ ਤਿਆਗ ਦਿੱਤਾ ਆਪਣੇ ਮਨ ਤੋਂ ਹੂੰ ਹੂੰ ਔਗਣਾਂ ਦਾ ਕਾਮ ਕ੍ਰੋਧ ਦਾ ਪ੍ਰਭਾਵ ਛੱਡ ਦਿੱਤਾ ਔਗਣ ਤਿਆਗ ਦਿੱਤੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਕਾਰੋਬਾਰ ਨੂੰ ਕਰਦਾ ਹੋਇਆ ਉਹ ਇਹਦੇ ਵਿੱਚ ਰਹਿੰਦਾ ਹੋਇਆ ਵੀ ਇਹਦੇ ਤੋਂ ਨਿਰਲੇਪ ਰਹਿੰਦਾ ਹੈ। ਉਹਨੂੰ ਬੈਰਾਗੀ ਕਹਿੰਦੇ ਨੇ ਗੁਰਮਤਿ ਦੇ ਅਨੁਸਾਰ। ਸਤਿਗੁਰੂ ਸਮਝਾਉਂਦੇ ਨੇ ਕਿ ਜਿਸ ਬੰਦੇ ਨੇ ਸਾਰੀ ਮਾਇਆ ਦਾ ਤਿਆਗ ਕਰ ਦਿੱਤਾ ਜਿਸ ਨੇ ਇਹਨਾਂ ਸਾਰਿਆਂ ਔਗਣਾਂ ਨੂੰ ਤਿਆਗ ਦਿੱਤਾ ਕੋਹ ਨਾਨਕ ਸੁਨ ਰੇ ਮਨ ਤੈ ਨਰ ਮਾਥੇ ਭਾਗ ਉਸੇ ਬੰਦੇ ਦੇ ਚੰਗੇ ਭਾਗ ਨੇ ਜਿਵੇਂ ਨੇ ਇਹਦਾ ਤਿਆਗ ਕੀਤਾ ਜੀ ਕਈ ਵਾਰੀ ਅਸੀਂ ਇਹ ਗੱਲ ਕਹਿੰਨੇ ਆ ਕਿ ਜਿਸ ਬੰਦੇ ਦੇ ਮਸਤਕ ਤੇ ਭਾਗ ਨੇ ਉਹ ਬੰਦਾ ਪ੍ਰਮਾਤਮਾ ਵਾਲੇ ਪਾਸੇ ਜੁੜਦਾ ਪਰ ਗੁਰਬਾਣੀ ਵਿੱਚ ਬਹੁਤ ਹੀ ਥਾਵਾਂ ਤੇ ਸਾਨੂੰ ਐਸਾ ਦੇਖਣ ਨੂੰ ਮਿਲਦਾ ਕਿ ਜਿਹੜਾ ਬੰਦਾ ਪ੍ਰਮਾਤਮਾ ਵਾਲੇ ਪਾਸੇ ਜੁੜਿਆ ਉਹਦੇ ਚੰਗੇ ਭਾਗ ਨੇ ਜੀ ਅਸੀਂ ਕਿਵੇਂ ਉਹ ਹੋਰ ਤਰੀਕੇ ਨਾਲ ਲੈਣੇ ਤੇ ਗੁਰਮਾਣੀ ਕਹਿੰਦੀ ਹੈ ਕਿ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਜਿਸ ਬੰਦੇ ਨੇ ਵਿਖਿਆ ਦਾ ਤਿਆਗ ਕਰ ਦਿੱਤਾ ਜਿਨੇ ਭੇਖ ਧਾਰਨ ਕਰ ਲਿਆ ਬੈਰਾਗਤਾ ਦਾ ਤੇ ਉਸ ਬੰਦੇ ਦੇ ਚੰਗੇ ਬਾਗ ਨੇ ਉਹ ਬੰਦਾ ਚੰਗੇ ਭਾਗਾਂ ਵਾਲਾ ਹੈ ਬਿਲਕੁਲ ਆਪ ਇਨੀਸ਼ੀਏਟ ਕਰਨਾ ਪਏਗਾ ਸਟੈਪ ਨਾ ਕਿ ਜਿਸ ਤਰ੍ਹਾਂ ਤਰਤੇ ਅਸੀਂ ਸੁਣਨੇ ਜੀ ਕਿਰਪਾ ਹੋਏਗੀ ਤੇ ਅਸੀਂ ਕੁਝ ਕਰਾਂਗੇ ਉਹ ਕਿਰਪਾ ਦੇ ਪਾਤਰ ਬਣਨ ਵਾਸਤੇ ਸਾਨੂੰ ਆਪ ਕੁਝ ਕੋਸ਼ਿਸ਼ ਕਰਨੀ ਪੈਣੀ ਬਿਲਕੁਲ ਬਹੁਤੇ ਬੰਦੇ ਐਸੇ ਕਰਕੇ ਉਹ ਇਸ ਮਾਰਗ ਤੇ ਨਹੀਂ ਤੁਰ ਪਾਉਂਦੇ ਜੀ ਕਿਰਪਾ ਹੋਏਗੀ ਤੁਰਾਂਗੇ ਕਿਰਪਾ ਹੋਏਗੀ ਗੁਰਦੁਆਰੇ ਜਾਵਾਂਗੇ ਕਿਰਪਾ ਹੋਏਗੀ ਉਹ ਸਾਰੀ ਜ਼ਿੰਦਗੀ ਇੰਜ ਹੀ ਕਰਦੇ ਰਹਿੰਦੇ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਰਾਈਟ ਸੋ ਇਸ ਵਿੱਚ ਅੱਗੇ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ ਜੀ ਅਸੀਂ ਅਗਲੇ ਹਫਤੇ ਸਾਂਝ ਪਾਵਾਂਗੇ ਤੁਹਾਡੇ ਇੱਥੇ ਆ ਕੇ ਸਾਂਝ ਪਾਣ ਲਈ ਤੋ ਇਸ ਦਿਨ ਆਲੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ ਫੀਡਬੈਕ ਲਈ 604 603 75555 ਜਾਂ ਫਿਰ ਈਮੇਲ ਜ਼ਰੀਏ ਹਰਪ੍ਰੀਤ ਸਿੰਘ show@gmail.com ਤੇ ਸੰਪਰਕ ਕਰ ਸਕਦੇ ਹੋ ਅਸੀਂ ਧੰਨਵਾਦੀ ਆ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਸਤਿ ਤੱਕ ਪਹੁੰਚਦੇ ਨੇ ਅਸੀਂ ਕਿਸੇ ਵੀ ਗਰੁੱਪ ਨਾਲ ਨਹੀਂ ਜੁੜੇ ਨਾ ਹੀ ਅਸੀਂ ਕਿਸੇ ਐਸੋਸੀਏਸ਼ਨ ਨਾਲ ਜਾਂ ਕਿਸੇ ਸੰਸਥਾ ਨਾਲ ਸੋ ਇਸ ਕਰਕੇ ਤੁਹਾਡੇ ਸਹਿਯੋਗ ਨਾਲ ਜੋ ਪ੍ਰੋਗਰਾਮ ਚੱਲਦਾ ਹੈ ਉਸ ਵਿੱਚ ਤੁਹਾਡੇ ਤੋਂ ਆਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਸਾਨੂੰ ਸਪੋਰਟ ਕਰੋਗੇ ਕੋਈ ਨਾ ਕੋਈ ਐਡਵਰਟਾਈਜ਼ਮੈਂਟ ਦੇ ਜ਼ਰੀਏ ਜਾਂ ਫਿਰ ਸਪਾਂਸਰਸ਼ਿਪ ਦੇ ਜ਼ਰੀਏ ਤਾਂ ਕਿ ਇਹਨਾਂ ਪ੍ਰੋਗਰਾਮਜ਼ ਨੂੰ ਅਸੀਂ ਜਾਰੀ ਰੱਖ ਸਕੀਏ ਲੈਣਾ ਅਗਿਆ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ